ਹਾਂਜੀ ਸਤਿ ਸ਼੍ਰੀ ਅਕਾਲ ਜੀ। ਫਿਰ ਅੱਜ ਵਾਰੀ ਹੈ ਇੱਕ ਕਹਾਣੀ ਦੀ। ਇਹ ਜੀ ਆਪਣਾ ਪੰਜਾਬੀ ਸ਼ੇਰ, ਬੰਬੇ ਚ ਲੈ ਗਿਆ, ਉੱਥੇ ਇਹਦਾ ਪੋਤਾ ਇਹਨੂੰ ਕੁਛ ਕਹਿੰਦਾ। ਆਓ ਆਪਾਂ ਇਹਨਾਂ ਦੇ ਗੱਲਾਂ ਸੁਣੀਏ ਕੀ ਕਹਿੰਦਾ। ਦਾਦਾ ਜੀ, ਦਾਦਾ ਜੀ, ਮੈਨੂੰ ਕਹਾਣੀ ਸੁਣਾ ਦੋ। ਕਹਾਣੀ ਠੀਕ ਹੈ, ਤੂੰ ਆਪਣੇ ਸਾਰੇ ਦੋਸਤਾਂ ਨੂੰ ਅੱਡੇ ਤੇ ਇਕੱਠਾ ਕਰ ਲੈ, ਮੈਂ ਸੁਣਾਉਣਾ ਕਹਾਣੀ। ਮੇਰੇ ਪਿਆਰੇ ਦਾਦਾ ਜੀ, ਫਿਰ ਜੀ ਆਪਣਾ ਪੰਜਾਬੀ ਸ਼ੇਰ ਕਹਿੰਦਾ ਵੀ ਕਰ ਲੈ ਸਾਰਿਆਂ ਨੂੰ ਇਕੱਠੇ। ਦੇਖਦੇ ਆ ਫਿਰ ਉਹਨਾਂ ਨੇ ਕੀ ਕਹਾਣੀ ਸੁਣਾਈ। ਆਜੋ ਚਲੋ ਜੀ, ਕਹਾਣੀ ਸੁਣਨ ਦੇ ਲਈ ਸਾਰਿਆਂ ਨੂੰ ਬੁਲਾ ਲਾ। ਸਭ ਅੰਕਲ, ਹਾਂ ਦੱਸ। ਮੇਰੇ ਦਾਦਾ ਜੀ ਨੇ ਕਹਾਣੀ ਸੁਣਾਉਣੀ ਹੈ, ਤੁਸੀਂ ਆਜੋ। ਠੀਕ ਹੈ, ਆਜੂੰਗਾ। ਬੱਕਰੀ ਆਂਟੀ, ਗਾਂ ਆਂਟੀ, ਮੇਰੇ ਦਾਦਾ ਜੀ ਨੇ ਕਹਾਣੀ ਸੁਣਾਉਣੀ ਹੈ, ਤੁਸੀਂ ਆਜੋ। ਪੇਡੂ ਅੰਕਲ, ਪੇਡੂ ਅੰਕਲ, ਕੀ ਆ? ਮੇਰੇ ਦਾਦਾ ਜੀ ਨੇ ਕਹਾਣੀ ਸੁਣਾਉਣੀ ਹੈ, ਤੁਸੀਂ ਵੀ ਆਜੋ। ਗੱਦੇ ਅੰਕਲ, ਤੁਸੀਂ ਵੀ ਆਜੋ। ਠੀਕ ਹੈ ਪੁੱਤਰਾ, ਮੈਂ ਵੀ ਆਜੂ। ਚੱਲ ਹਾਥੀਆ, ਆਪਾਂ ਨਾ ਰਹੀਏ ਕਹਾਣੀ ਸੁਣਨ ਤੋਂ, ਸ਼ੇਰ ਨੇ ਬੁਲਾਇਆ, ਜਲਦੀ ਚੱਲ। ਜਿਰਾਫ ਪੀਰੇ, ਸਾਨੂੰ ਵੀ ਲੈ ਜਾਓ। ਓਏ ਹਾਥੀ ਗਾਂਡਾ, ਚੱਲ ਭੈਣਾਂ ਨੂੰ ਲੈ ਕੇ ਚੱਲੀਏ। ਕਹਾਣੀ ਤਾਂ ਮੈਂ ਵੀ ਸੁਣਨੀ ਹੈ ਜੀ। ਬਾਂਦਰ ਭਾਡਾ ਜਿਹਾ, ਤੁਸੀਂ ਕਹਾਣੀ ਸੁਣਾਓ ਜੀ। ਤਾਂ ਫਿਰ ਜੀ ਅਗਲੇ ਦਿਨ ਪੰਜਾਬੀ ਸ਼ੇਰ ਨੇ ਆਪਣੇ ਲਈ ਆਪਣੇ ਸਾਰੇ ਜਾਨਵਰ ਇਕੱਠੇ ਕਰ ਲਏ ਤੇ ਕਹਾਣੀ ਸਟਾਰਟ ਕਰ ਲਈ। ਸਾਰਿਆਂ ਦਾ ਸਵਾਗਤ ਹੈ ਭਾਈ, ਕਿਵੇਂ? ਭੈਣੇ ਸ਼ੇਰ ਤਾਂ ਬੁੜਾ ਹੋ ਗਿਆ, ਬੜਾ ਸੋਹਣਾ। ਮਾਸੇ ਕੁਛ ਕਿਹਾ? ਨਾ ਮੇਰੇ ਕੁਛ ਨਹੀਂ। ਇਹ ਕਹਾਣੀ ਨਹੀਂ ਬਲਕਿ ਸੱਚੀ ਗੱਲ ਹੈ, ਬੰਦੇ ਨਾਮ ਦੇ ਇੱਕ ਜਾਨਵਰ ਦੀ। ਅੱਜ ਤੋਂ ਤਕਰੀਬਨ 200 ਸਾਲ ਪਹਿਲਾਂ ਇਸ ਧਰਤੀ ਦਾ ਰਾਜਾ ਕੋਈ ਸ਼ੇਰ ਨਹੀਂ ਸੀ, ਸਗੋਂ ਬੰਦਾ ਧਰਤੀ ਤੇ ਰਾਜ ਕਰਦਾ ਸੀ। ਉਸਨੇ ਸ਼ੇਰਾਂ ਨੂੰ ਪਿੰਜਰੇ ਵਿੱਚ ਬੰਦ ਕਰਕੇ ਕੈਦੀ ਬਣਾਇਆ ਹੋਇਆ ਸੀ। ਕੌਣ ਲੀਕ ਹੋ ਗਿਆ? ਸਾਰੇ ਉਹ ਕੋਈ ਗੱਲ ਨਹੀਂ, ਕੁਦਰਤੀ ਗੱਲ ਹੈ, ਸਭ ਦਾ ਨਿਕਲ ਜਾਂਦਾ ਹੈ। ਅੱਗੇ ਕਹਾਣੀ ਸੁਣੋ। ਇਹ ਬੰਦਾ ਸਾਡੇ ਤੋਂ ਵੀ ਤਕੜਾ ਸੀ, ਦਿਮਾਗ ਸੀ ਬੰਦੇ ਕੋਲ ਜਾਨਵਰਾਂ ਨੂੰ ਵਰਤਣ ਦਾ। ਪਹਿਲਾਂ ਪਹਿਲ ਉਸਨੇ ਊਠਾਂ ਘੋੜਿਆਂ ਦੀ ਸਵਾਰੀ ਸ਼ੁਰੂ ਕੀਤੀ, ਫਿਰ ਇਹਨਾਂ ਨੂੰ ਲੜਾਈਆਂ ਵਿੱਚ ਵਰਤਣਾ ਸ਼ੁਰੂ ਕੀਤਾ। ਬਲਦਾਂ ਝੋਟਿਆਂ ਨੂੰ ਜੰਗਲਾਂ ਵਿੱਚੋਂ ਫੜ ਕੇ ਲੈ ਗਿਆ ਖੇਤੀ ਦਾ ਕੰਮ ਕਰਾਉਣ ਲਈ, ਤੇ ਗਾਵਾਂ ਮੱਝਾਂ ਦਾ ਦੁੱਧ ਪੀਣ ਲੱਗ ਪਿਆ। ਸ਼ਰਮ ਜਿਹਾ। ਫਿਰ ਇਸਨੇ ਹੋਰ ਤਰੱਕੀ ਕੀਤੀ, ਖੇਤੀ ਕਰਨ ਲਈ ਟਰੈਕਟਰ ਬਣਾ ਲਏ, ਕੰਬਾਈਨਾਂ ਬਣਾ ਲਈਆਂ, ਫਸਲਾਂ ਦਾ ਝਾੜ ਵੱਧ ਗਿਆ, ਇਹ ਰੱਜ ਕੇ ਰੋਟੀ ਖਾਣ ਜੋਗਾ ਹੋ ਗਿਆ। ਖਾਣ ਦੀ ਭਾਲ ਲਈ ਇਸਨੇ ਇੱਧਰ ਉੱਧਰ ਭਟਕਣਾ ਛੱਡਤਾ। ਅਥਰੀਕੇ, ਝਾਂਡੇ, ਲਲਤੋਂ, ਪਮਾਲ, ਸੁਨੇਤ, ਇਹਨਾਂ ਸਾਰੇ ਪਿੰਡਾਂ ਵਿੱਚ ਬੰਦੇ ਹੀ ਤਾਂ ਰਹਿੰਦੇ ਸੀ। ਫਿਰ ਇਸ ਬੰਦੇ ਦਾ ਲਾਲਚ ਹੋਰ ਵੱਧਦਾ ਗਿਆ, ਫਸਲਾਂ ਦਾ ਜ਼ਿਆਦਾ ਝਾੜ ਲੈਣ ਲਈ ਕੈਮੀਕਲ ਖਾਦਾਂ ਸਪਰੇਹਾਂ ਕਰਨ ਲੱਗ ਪਿਆ। ਆਪਣੇ ਖਾਣ ਵਾਲੇ ਕਣਕ, ਚੌਲ, ਦਾਲਾਂ, ਸਬਜ਼ੀਆਂ ਸਭ ਜ਼ਹਿਰੀਲੇ ਕਰ ਲਏ, ਬਿਮਾਰੀਆਂ ਵਧਣ ਲੱਗੀਆਂ। ਤੇ ਨਾਲੇ ਤਾਂ ਕਹਿੰਦੇ ਬੰਦੇ ਦਾ ਦਿਮਾਗ ਬਹੁਤ ਸੀ, ਉਹਨੇ ਆਪ ਹੀ ਆਪਣਾ ਭੋਜਨ ਜ਼ਹਿਰੀਲਾ ਕਰ ਲਿਆ। ਜਾਨਵਰਾਂ ਨੂੰ ਸਰਕਸ ਵਿੱਚ ਮਨੋਰੰਜਨ ਲਈ ਵਰਤਣ ਲੱਗ ਪਿਆ। ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਭਾਵੇਂ ਮੈਂ ਜੰਗਲ ਦਾ ਰਾਜਾ, ਪਰ ਅੱਗ ਤੋਂ ਮੈਂ ਬਹੁਤ ਡਰਦਾ। ਪਰ ਇਹ ਬੰਦਾ ਮੇਰੇ ਪੂਰਵਜਾਂ ਨੂੰ ਅੱਗ ਵਿੱਚੋਂ ਛਾਲ ਮਾਰਨ ਲਈ ਮਜਬੂਰ ਕਰ ਦਿੰਦਾ ਸੀ। ਹਾਥੀ ਮੇਰਾ ਵੀਰ ਕਿੰਨਾ ਭਾਰਾ ਹੈ, ਬੰਦਾ ਇਸ ਨੂੰ ਦੋ ਪੈਰਾਂ ਤੇ ਤੁਰਵਾਉਂਦਾ ਸੀ, ਰਿੱਛ ਦੇ ਨੱਕ ਵਿੱਚ ਨਕੇਲ ਪਾਈ ਹੁੰਦੀ ਸੀ। ਬੜਾ ਭੈੜਾ ਸੀ ਬੰਦਾ। ਫਿਰ ਇਸਨੇ ਦਰਿਆਵਾਂ ਦਾ ਪਾਣੀ ਵੀ ਗੰਦਾ ਕਰ ਲਿਆ, ਜਾਨਵਰਾਂ ਨੂੰ ਮਾਰ ਕੇ ਖਾਣ ਲੱਗ ਪਿਆ, ਕੰਪਿਊਟਰ ਬਣਾ ਲਏ, ਮੋਬਾਈਲ ਫੋਨ ਤੇ ਚੰਦ ਤੇ ਵੀ ਚਾ ਚੜਿਆ ਬੰਦਾ। ਲੱਪਲਾ ਚੰਦ ਤੇ ਕਿਵੇਂ ਚੜ ਜਾਓ ਹਜ਼ੂਰ? ਮੈਂ ਨਹੀਂ ਮੰਨਦਾ, ਐਡੀ ਛਾਲ ਨਹੀਂ ਮਾਰ ਸਕਦਾ। ਓਏ ਕਮੜਿਆ,
पौड़ी ला के चढ़िया हुण मारी जांदे चबड़िया। ओह नहीं पुत्रो, पौड़ी कानू ओ तां हवा विच उड के जांदा सी, समुंदरां तो भी पार उड जांदा सी। ना तां इस बंदे दे कोई खंभ हुंदे सी, ਇਹ ਤਾਂ ਸਗੋਂ ਦੋ ਪੈਰਾਂ 'ਤੇ ਤੁਰਨ ਵਾਲਾ ਜਾਨਵਰ ਸੀ। ਇਹਨੇ ਤਾਂ ਇੱਕ ਮਸ਼ੀਨ ਬਣਾਈ ਸੀ, ਉਸ ਨੂੰ ਜਹਾਜ਼ ਕਹਿੰਦੇ ਸੀ, ਜਿਹਦੇ ਵਿੱਚ ਬੈਠ ਕੇ ਇਹ ਦੂਰ ਦੁਰਾਡੇ ਉੱਡ ਜਾਂਦਾ ਸੀ। ਤੇ ਫਿਰ ਮਹਾਰਾਜ, ਇਸ ਬੁੱਧੀਮਾਨ ਬੰਦੇ ਦਾ ਅੰਤ ਕਿਵੇਂ ਹੋਇਆ? ਕਿਉਂਕਿ ਇਸ ਨੇ ਜੰਗਲ ਵੱਢ ਦਿੱਤੇ, ਹਵਾ, ਪਾਣੀ, ਮਿੱਟੀ ਸਭ ਕੁਛ ਪਲੀਤ ਕਰਤਾ ਇਸ ਬੰਦੇ ਨੇ। ਨਾ ਇਸ ਨੂੰ ਕਿਸੇ ਨੇ ਰੋਕਿਆ, ਨੀ ਸਭ ਕੁਛ ਗੰਧੜਾ ਕਰਨ ਤੋਂ। ਇੱਕ ਦਰਵੇਸ਼ ਪੁਰਸ਼ ਨੇ ਅਵਤਾਰ ਧਾਰਿਆ ਸੀ ਇਸ ਨੂੰ ਸਮਝਾਉਣ ਲਈ। ਪਵਨ ਗੁਰੂ ਪਾਣੀ ਪਿਤਾ ਦੀ ਗੱਲ ਕੀਤੀ ਸੀ ਇੱਕ ਗ੍ਰੰਥ ਵਿੱਚ। ਬੰਦੇ ਨੇ ਉਸ ਨੂੰ ਪੜ੍ਹਿਆ ਤਾਂ ਜ਼ਰੂਰ, ਪਰ ਅਮਲ ਨਾ ਕੀਤਾ। ਹੌਲੀ ਹੌਲੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਉਸ ਨੂੰ ਘੇਰ ਲਿਆ। ਡਾਕਟਰ ਇੱਕ ਬਿਮਾਰੀ ਦਾ ਇਲਾਜ ਲੱਭਦੇ ਤਾਂ ਨਵੀਂ ਬਿਮਾਰੀ ਸ਼ੁਰੂ ਹੋ ਜਾਂਦੀ। ਆ ਜਿਹੜੇ ਬੁੱਢੇ ਦਰਿਆ ਦਾ ਪਾਣੀ ਆਪਾਂ ਸਾਰੇ ਪੀਂਦੇ ਹਾਂ ਨਾ, ਜਦੋਂ ਬੰਦਾ ਹੁੰਦਾ ਸੀ ਧਰਤੀ 'ਤੇ ਤਾਂ ਇਸ ਦਰਿਆ ਦਾ ਨਾਂ ਬੰਦੇ ਨੇ ਗੰਦਾ ਨਾਲਾ ਰੱਖਿਆ ਹੋਇਆ ਸੀ। ਇਸ ਕੋਲੋਂ ਲੰਘਣਾ ਵੀ ਮੁਸ਼ਕਿਲ ਸੀ। ਨਾ ਇਹ ਬੰਦਾ ਰਹਿੰਦਾ ਕਿੱਥੇ ਸੀ? ਉਹ ਪੁੱਤਰੋ, ਆ ਜਿਹੜੇ ਖੰਡਰਾਂ 'ਚ ਤੁਸੀਂ ਨਜ਼ਾਰੇ ਲੈਂਦੇ ਹੋ ਉੱਥੇ। ਹੌਲੀ ਹੌਲੀ ਬੰਦੇ ਨੂੰ ਬੰਦਾ ਹੀ ਮਾਰਨ ਲੱਗ ਪਿਆ ਸੀ। ਅਮੀਰ ਅਤੇ ਗਰੀਬ ਦਾ ਪਾੜਾ ਵੱਧ ਗਿਆ ਸੀ। ਵੱਡੀਆਂ ਕੋਠੀਆਂ, ਮਹਿੰਗੀਆਂ ਕਾਰਾਂ, ਬ੍ਰੈਂਡਡ ਕੱਪੜੇ ਸਭ ਸ਼ੋਸ਼ੇਬਾਜ਼ੀ ਹੋ ਗਈ ਸੀ। ਨਰ ਨਾਲ ਨਰ ਤੇ ਮਾਦਾ ਨਾਲ ਮਾਦਾ ਦਾ ਵਿਆਹ ਹੋਣ ਲੱਗ ਪਿਆ ਸੀ। ਹਾਏ, ਬਹੁ ਭੈਣੇ, ਆ ਤਾਂ ਲੋੜ ਹੀ ਆ ਗਿਆ ਸੀ। ਉਸ ਯੁੱਗ ਨੂੰ ਕਲਯੁੱਗ ਕਹਿੰਦੇ ਸੀ। ਮੈਂ ਸੁਣਿਆ ਜੀ ਬੰਦਾ ਬਾਂਦਰ ਤੋਂ ਬਣਿਆ ਸੀ। ਓਏ, ਅਸੀਂ ਤਾਂ ਹੈ ਜੇ ਕੁੱਤੇ ਬੰਦੇ ਦੀ ਮਕਾਨ ਨਾ ਜਾਈਏ, ਗੱਲਾਂ ਮਾਰਦਾ। ਮੈਨੂੰ ਕਿਉਂ ਵਿੱਚ ਘਸੀਟੀ ਜਾਂਦੇ ਹੋ? ਗੱਲ ਨੀ, ਬਾਤ ਨੀ, ਫਿਰ ਤਾਂ ਇਹਨਾਂ ਬਾਂਦਰਾਂ ਨੂੰ ਖਤਮ ਕਰਨਾ ਪਊ। ਕਿਤੇ ਇਹਨਾਂ ਦੀਆਂ ਅੱਗੇ ਆਉਣ ਵਾਲੀਆਂ ਨਸਲਾਂ ਫਿਰ ਨਾ ਬੰਦੇ ਬਣ ਜਾਣ। ਨਾ ਜੀ, ਰਹਿਮ ਕਰੋ ਜੀ ਸਾਡੇ ਤੇ, ਸਾਨੂੰ ਬਾਬੇ ਵਧੂਤ ਦੀ ਚੋਣ ਲੱਗੇ। ਅਸੀਂ ਨੀ ਕਦੇ ਬੰਦੇ ਬਣਦੇ, ਨਾ ਜੀ ਅਸੀਂ ਨੀ ਕਦੇ ਬੰਦੇ ਬਣਦੇ। ਸੌਣ ਲੱਗੇ ਜੀ, ਅਸੀਂ ਨੀ ਕਦੇ ਬੰਦੇ ਬਣਦੇ। ਆਪਣੇ ਪੰਜਾਬੀ ਸ਼ੇਰ ਦੀ ਕਹਾਣੀ, ਬੜੀ ਬੜੀ ਡੂੰਘੀ ਕਹਾਣੀ ਹੈ। ਸੋ ਆਪਾਂ ਨੂੰ ਸਾਰਿਆਂ ਨੂੰ ਮਿਲ ਜੁਲ ਕੇ ਬੰਦੇ ਵਿਚਲੇ ਇਸ ਜਾਨਵਰ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਅਤੇ ਆਪਣੇ ਵਾਤਾਵਰਣ ਨੂੰ ਬਚਾਉਣਾ ਚਾਹੀਦਾ, ਕੁਦਰਤ ਦੇ ਨਾਲ ਪਿਆਰ ਕਰਨਾ ਚਾਹੀਦਾ ਅਤੇ ਆਪਾਂ ਸਾਰੇ ਜਾਣੇ ਮਿਲ ਕੇ ਰਹੀਏ, ਪਿਆਰ ਦੇ ਨਾਲ ਰਹੀਏ ਅਤੇ ਕੁਦਰਤ ਦੀ, ਵਾਤਾਵਰਨ ਦੀ ਰੱਖਿਆ ਕਰੀਏ, ਰਿਸਪੈਕਟ ਕਰੀਏ। ਧੰਨਵਾਦ।